ਬਹੁਤ ਹੀ ਸਤਿਕਾਰਯੋਗ ਪੰਜਾਬ ਭਰ ਦੇ ਜੁਝਾਰੂ ਅਧਿਆਪਕ ਸਾਥੀਓ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਇੱਕ ਬੜੇ ਹੀ ਗੰਭੀਰ ਮੁੱਦੇ ਦੇ ਉੱਤੇ ਤੁਹਾਡੇ ਨਾਲ ਲਾਈਵ ਹੋਇਆ। ਮੈਂ ਜ਼ਿਆਦਾ ਸਮਾਂ ਨਹੀਂ ਲਵਾਂਗਾ ਤੁਹਾਡਾ, ਜਸਟ ਮੈਂ ਇੱਕ ਤੁਹਾਨੂੰ ਮੈਸੇਜ ਦੇਣ ਵਾਸਤੇ ਇੱਥੇ ਆਇਆ, ਕਿਉਂਕਿ ਮੈਨੂੰ ਹੁਣੇ ਹੁਣੇ ਪਤਾ ਲੱਗਿਆ ਕਿ ਸਾਡੀ ਪੰਜਾਬ ਦੀ ਸਰਕਾਰ, ਖਾਸ ਕਰਕੇ ਸਾਡਾ ਉਹ ਸਿੱਖਿਆ ਸਕੱਤਰ ਕਿਸ਼ਨ ਕੁਮਾਰ, ਜਿਹੜਾ ਇਹ ਸਾਰਾ ਤਾਣਾ ਬਾਣਾ ਬੋਲਣ ਰਿਹਾ, ਜਾਂ ਜਿਹਨੇ ਪਿਛਲਾ ਜਿਹੜਾ ਸੰਘਰਸ਼ ਪਟਿਆਲੇ ਵਿਖੇ ਚੱਲਿਆ ਉਹਨੂੰ ਕਿਵੇਂ ਫੇਲ ਕੀਤਾ, ਕਿਸ ਕਦਰ ਫੇਲ ਕੀਤਾ, ਕਿਵੇਂ ਲੋਕਾਂ ਦੇ ਵਿੱਚ ਪਾੜੋ ਅਤੇ ਰਾਜ ਕਰੋ ਦੀ ਜਿਹੜੀ ਨੀਤੀ ਆ ਉਹ ਖੇਡ ਕੇ ਉਹਨੇ ਪਹਿਲਾਂ ਇਹ ਕਿਹਾ ਕਿ ਜਿਹਨੇ 15,300 'ਤੇ ਰਹਿਣਾ ਉਹ ਕਲਿੱਕ ਕਰ ਜਾਓ, ਜਿਹਨੇ ਪੂਰੀ ਤਨਖਾਹ 'ਤੇ ਰਹਿਣਾ ਉਹ ਕਲਿੱਕ ਨਾ ਕਰੋ। ਦੋ ਆਪਸ਼ਨ ਅਧਿਆਪਕਾਂ ਨੂੰ ਦਿੱਤੀਆਂ ਗਈਆਂ ਔਰ ਪੰਜਾਬ ਦੇ ਵਿੱਚ ਅਧਿਆਪਕਾਂ ਨੇ ਆਪਣਾ ਜੀ ਜਾਨ ਲਾ ਕੇ ਬੜਾ ਵੱਡਾ ਸੰਘਰਸ਼ ਪੰਜਾਬ ਦੀ ਧਰਤੀ ਉੱਤੇ ਖੜਾ ਕੀਤਾ। ਬਹੁਤ ਵੱਡਾ ਸਮਰਥਨ ਮਿਲਿਆ, ਬਹੁਤ ਵੱਡੀ ਪੱਧਰ 'ਤੇ ਲੋਕ ਉਸ ਸੰਘਰਸ਼ ਦੇ ਨਾਲ ਜੁੜੇ। ਈਵਨ ਕਿ ਸਾਡੀਆਂ ਸਾਰੀਆਂ ਹੀ ਜਥੇਬੰਦੀਆਂ ਔਰ ਸਾਡੇ ਰੈਗੂਲਰ ਅਧਿਆਪਕ ਵੀ ਉਹ ਸੰਘਰਸ਼ ਦਾ ਹਿੱਸਾ ਬਣੇ, ਕਿਉਂਕਿ ਸਾਨੂੰ ਖੁਦ ਇਹ ਲੱਗਦਾ ਸੀਗਾ ਕਿ ਜੇਕਰ ਇਹ ਸੰਘਰਸ਼ ਫੇਲ ਹੁੰਦਾ, ਜੇਕਰ ਅੱਜ SC ST ਰਮਸਾ ਵਾਲਿਆਂ ਦੀ ਗੱਲ ਨਹੀਂ, ਜੇਕਰ ਅੱਜ ਇਹਨਾਂ ਦੀਆਂ ਤਨਖਾਹਾਂ ਘਟਾਈਆਂ ਜਾਂਦੀਆਂ ਨੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਧਿਆਪਕ ਵਰਗ ਵਾਸਤੇ ਇੱਕ ਬਹੁਤ ਵੱਡਾ ਨੁਕਸਾਨ ਦੇ ਫੈਸਲਾ ਹੋਏਗਾ, ਕਿਉਂਕਿ ਅੱਜ ਇਹ ਵਾਰ ਉਹਨਾਂ 'ਤੇ ਆ, ਉਸ ਤੋਂ ਬਾਅਦ ਇਹ ਵਾਰ ਹਰੇਕ ਅਧਿਆਪਕ 'ਤੇ ਹੋਣਾ ਔਰ ਹਰੇਕ ਅਧਿਆਪਕ ਨੂੰ ਇਹਨਾਂ ਨੇ ਮੈਂਟਲੀ ਤੌਰ 'ਤੇ ਟੋਰਚਰ ਤਾਂ ਕੀਤਾ ਹੀ ਹੋਇਆ। ਫਿਰ ਪੰਜਾਬ ਦੇ ਸਕੂਲ ਬੰਦ ਹੋਣੇ ਨੇ ਜਿਨ੍ਹਾਂ ਦੀ ਇਹ ਲੰਮੇ ਸਮੇਂ ਤੋਂ ਗੱਲ ਕਰਦੇ ਆ ਰਹੇ ਨੇ। ਫਿਰ ਹੌਲੀ ਹੌਲੀ ਇਹ ਸਾਰਾ ਸਿਸਟਮ ਇਹਨਾਂ ਨੇ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣਾ। ਇਹ ਸੰਘਰਸ਼ ਜੇਕਰ ਫੇਲ ਹੋਇਆ ਤਾਂ ਇਹ ਇੱਕ ਬਹੁਤ ਮਾੜਾ ਸਾਬਤ ਹੋਵੇਗਾ ਔਰ ਆਪਾਂ ਸਾਰੀਆਂ ਜਥੇਬੰਦੀਆਂ ਦੇ ਨਾਲ ਸੰਪਰਕ ਕੀਤਾ, ਕੋਸ਼ਿਸ਼ ਕੀਤੀ ਕਿ ਮੰਚ ਅਤੇ ਮੋਰਚਾ ਇੱਕ ਪਲੇਟਫਾਰਮ 'ਤੇ ਆ ਕੇ ਬਹੁਤ ਵੱਡੀ ਲੜਾਈ, ਬਹੁਤ ਵੱਡੀ ਜਿਹੜੀ ਅਗਵਾਈ ਹੈ, ਜੋ ਪਿਛਲੇ ਸਮੇਂ 'ਚ ਕੋਈ ਕਮੀ ਰਹਿ ਗਈ ਹੈ, ਉਸ ਕਮੀ ਨੂੰ ਖਤਮ ਕਰਕੇ ਆਪਾਂ ਲੜਾਈ ਲੜੀਏ। ਹੁਣੇ ਹੁਣੇ ਮੈਨੂੰ ਪੰਜਾਬ ਦੇ ਵਿੱਚੋਂ ਫੋਨ ਆਉਣੇ ਸ਼ੁਰੂ ਹੋ ਗਏ ਆ, ਮੇਰੀ ਇੱਕ ਭੈਣ ਦਾ ਫੋਨ ਵੀ ਆਇਆ ਕਿ ਜੋ ਮਰਜ਼ੀ ਹੋ ਜਾਵੇ ਮੈਂ ਕਲਿੱਕ ਨਹੀਂ ਕਰਨਾ। ਉਹ ਬਰਨਾਲੇ ਤੋਂ ਸੀ ਸ਼ਾਇਦ, ਉਹ ਕਹਿੰਦੀ ਜਿੱਥੇ ਅਸੀਂ ਪਹਿਲਾਂ ਖੜ੍ਹੇ ਹਾਂ ਹੁਣ ਵੀ ਖੜ੍ਹਾਂਗੇ। ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਜਿਹੜੀ ਇਹਨਾਂ ਨੇ ਆਪਸ਼ਨ ਦਿੱਤੀ ਹੈ ਨਾ, ਉਹ ਆਪਸ਼ਨ ਬਿਲਕੁਲ ਗੈਰ ਕਾਨੂੰਨੀ ਅਤੇ ਗਲਤ ਆਪਸ਼ਨ ਹੈ। ਇਹ ਟੀਚਰ ਨੂੰ ਦੋ ਕੈਟਾਗਰੀਆਂ ਦੇ ਵਿੱਚ ਰੱਖ ਹੀ ਨਹੀਂ ਸਕਦੇ। ਹੁਣ ਜੇਕਰ ਤੁਹਾਨੂੰ ਇਹ ਲੱਗਦਾ ਨਾ ਕਿ ਸਰਕਾਰ ਤੁਹਾਨੂੰ ਆਪਸ਼ਨ ਆਪਣੀ ਸੁਵਿਧਾ ਵਾਸਤੇ ਦੇ ਰਹੀ ਹੈ, ਤੁਹਾਡੀ ਸੁਵਿਧਾ ਵਾਸਤੇ ਦੇ ਰਹੀ ਹੈ, ਬਿਲਕੁਲ ਗਲਤ ਗੱਲ ਹੈ। ਕਿਉਂਕਿ ਅੱਜ ਸਰਕਾਰ ਖਿੜਕੀ ਦੇ ਵਿੱਚ ਫਸੀ ਪਈ ਹੈ, 7 ਮਹੀਨੇ ਹੋ ਗਏ ਤੁਹਾਨੂੰ ਤਨਖਾਹ ਨਹੀਂ ਦਿੱਤੀ। ਜਦੋਂ ਅਸੀਂ ਜ਼ਿਲ੍ਹਾ ਪ੍ਰੀਸ਼ਦਾਂ ਤੋਂ ਸਿੱਖਿਆ ਵਿਭਾਗ 'ਚ ਆਏ ਸੀ ਨਾ, ਸਾਡਾ ਇੱਕ ਨੋਟੀਫਿਕੇਸ਼ਨ ਹੋਇਆ ਸੀ, ਉਹ ਨੋਟੀਫਿਕੇਸ਼ਨ ਸਾਰੇ ਹੀ ਅਧਿਆਪਕਾਂ 'ਤੇ ਲਾਗੂ ਹੋਣਾ ਸੀ, ਸਾਰਿਆਂ ਨੂੰ ਇੱਕ ਸਾਰ ਹੀ ਸਿੱਖਿਆ ਵਿਭਾਗ ਦੇ ਵਿੱਚ ਕੀਤਾ ਗਿਆ ਸੀ। ਇਸੇ ਤਰੀਕੇ ਦੇ ਨਾਲ ਤੁਹਾਨੂੰ ਦੋ ਕੈਟਾਗਰੀਆਂ ਦੇ ਵਿੱਚ ਨਹੀਂ ਰੱਖ ਸਕਦੇ। ਜੇ ਤੁਹਾਨੂੰ ਇਹ ਭੁਲੇਖਾ ਹੈ ਨਾ ਕਿ ਤੁਹਾਨੂੰ ਤੁਸੀਂ ਰਹਿ ਜਾਓਗੇ ਜਾਂ ਤੁਹਾਨੂੰ ਕਰਨਗੇ ਨਹੀਂ, ਇਹ ਸਰਕਾਰ ਦੀ ਇੱਕ ਮਜਬੂਰੀ ਹੈ ਕਿ ਤੁਹਾਨੂੰ ਇਹਨਾਂ ਨੇ ਕਰਨਾ ਹੀ ਕਰਨਾ ਹੈ, ਤੁਹਾਨੂੰ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਲੈਣਾ ਹੀ ਲੈਣਾ। ਪਰ ਗੱਲ ਹੁਣ ਇੱਥੇ ਖੜਦੀ ਹੈ ਕਿ ਤੁਸੀਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ 15,300 'ਤੇ ਆਉਣਾ ਕਿ ਤੁਸੀਂ ਆਪਣੀ ਪੇ ਪ੍ਰੋਟੈਕਟ ਕਰਾ ਕੇ ਪੂਰੀ ਤਨਖਾਹ 'ਤੇ ਆਉਣਾ।
ਹੁਣ ਮੈਂ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ, ਜਿਹੜੇ ਸਾਡੇ ਸਾਥੀ ਕਲਿੱਕ ਕਰ ਗਏ ਉਹ ਵੀ ਵਿਚਾਰੇ ਠੀਕ ਹੈ ਮਜਬੂਰੀ ਦੇ ਸ਼ਿਕਾਰ ਹੋਏ, ਕੁਝ ਮਾਨਸਿਕਤਾ ਹੁੰਦੀ ਹੈ, ਕੁਝ ਘਰਾਂ ਦੇ ਹਾਲਾਤ ਹੁੰਦੇ ਆ ਜਿਹਦੇ ਕਰਕੇ ਉਹਨਾਂ ਨੂੰ ਕਲਿੱਕ ਕਰਨਾ ਪੈ ਗਿਆ, ਕੁਝ ਦਿਲ ਦੇ ਛੋਟੇ ਹੁੰਦੇ ਨੇ ਕਿ ਯਾਰ ਪਤਾ ਨਹੀਂ ਇਹ ਮੁੜ ਕੇ ਮੌਕਾ ਮਿਲਣਾ ਕਿ ਨਹੀਂ ਮਿਲਣਾ, ਫਟਾਫਟ ਕਰ ਜਾਓ। ਔਰ ਜਿਹੜੇ ਖੜ੍ਹੇ ਰਹਿ ਗਏ ਉਹ ਤਾਂ ਖੜ੍ਹੇ ਰਹਿ ਗਏ ਕਿ ਉਹਨਾਂ ਦੇ ਵਿੱਚ ਬੜੀ ਦ੍ਰਿੜਤਾ ਸੀ, ਉਹਨਾਂ ਦੇ ਵਿੱਚ ਲੜਨ ਦੀ ਪਾਵਰ ਸੀ, ਔਰ ਇਹ ਸੋਚਦੇ ਸੀ ਕਿ ਜੋ ਮਰਜ਼ੀ ਹੋ ਜਾਵੇ ਮੈਂ 45,000 ਤੋਂ 1 ਰੁਪਈਆ ਵੀ ਘੱਟ ਨਹੀਂ ਲੈਣਾ, ਮੈਂ ਰੈਗੂਲਰ ਪੂਰੀ ਤਨਖਾਹ 'ਤੇ ਭਰਤੀ ਹੋਣਾ। ਔਰ ਜਿਸ ਦਾ ਵਾਅਦਾ ਤੁਹਾਡੇ ਨਾਲ ਸੋਨੀ ਸਿੱਖਿਆ ਮੰਤਰੀ ਤੁਹਾਡੇ ਪਟਿਆਲੇ ਧਰਨੇ 'ਚ ਕਰਕੇ ਗਿਆ ਸੀ, ਮੁੱਖ ਮੰਤਰੀ ਦੀ ਮੀਟਿੰਗ 'ਚ ਡਿਸਾਈਡ ਹੋਣਾ ਸੀ, ਮੁੱਖ ਮੰਤਰੀ ਦੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਹੋਣਾ ਸੀ ਕਿ ਤੁਸੀਂ ਸਾਰੇ ਪੂਰੀਆਂ ਤਨਖਾਹਾਂ 'ਤੇ ਹੁਣ ਰੈਗੂਲਰ ਹੁੰਦੇ ਹੋ ਜਾਂ ਤੁਹਾਨੂੰ ਇਹਨਾਂ ਤਨਖਾਹਾਂ 'ਤੇ ਰੈਗੂਲਰ ਕੀਤਾ ਜਾਣਾ। ਔਰ ਹੁਣ ਜੋ ਆਪਣੇ ਵੱਲੋਂ ਕਾਲ ਦਿੱਤੀ ਗਈ ਕਿ ਅਸੀਂ 20 ਤਰੀਕ ਨੂੰ ਪੂਰਾ ਪੰਜਾਬ ਕੱਚੇ ਅਧਿਆਪਕਾਂ ਨੂੰ ਪੱਕੇ ਕਰਵਾਉਣ ਵਾਸਤੇ, ਚਾਹੇ ਉਹ ਸਿੱਖਿਆ ਪ੍ਰੋਵਾਈਡਰ ਹੈ, ਚਾਹੇ ਉਹ SSA ਰਮਸਾ ਹੈ, ਚਾਹੇ ਉਹ EGS ਹੈ, ਚਾਹੇ AIST ਹੈ, ਕੋਈ ਵੀ ਅਧਿਆਪਕ ਜਿਹੜਾ ਸਿੱਖਿਆ ਵਿਭਾਗ ਦੇ ਵਿੱਚ ਕੱਚਾ ਅਧਿਆਪਕ ਕੰਮ ਕਰਦਾ, ਉਹਨੂੰ ਪੱਕਾ ਕਰਵਾਉਣ ਵਾਸਤੇ ਇੱਕ ਲਾਮਿਸਾਲ ਸੰਘਰਸ਼ ਦੀ ਜਿਹੜੀ ਸ਼ੁਰੂਆਤ ਹੈ ਉਹ 20 ਜਨਵਰੀ ਨੂੰ ਕਰਨ ਜਾ ਰਹੇ ਸੀਗੇ। ਔਰ ਸਰਕਾਰ ਬੁਖਲਾਹਟ ਦੇ ਵਿੱਚ ਸੀਗੀ ਕਿ ਇਹ ਜਿਹੜਾ 4-5 ਹਜ਼ਾਰ ਬੰਦਾ ਜਿਹੜਾ ਨੌਨ ਕਲਿੱਕਰ ਹੈ ਇਹ ਤਾਂ ਪਹਿਲੇ ਪੱਕੇ ਹੀ ਅੰਮ੍ਰਿਤਸਰ ਦੇ ਵਿੱਚ ਪਹੁੰਚ ਜਾਣਾ, ਇਹਨੂੰ ਚਾਹੇ ਕੋਈ ਰੋਕੀ ਜਾਏ ਜੋ ਮਰਜ਼ੀ ਕਰੀ ਜਾਵੇ, ਇਹਨਾਂ ਨੇ ਸੋਨੀ ਦੇ ਬਾਰ ਮੂਹਰੇ ਜਾ ਕੇ ਬੈਠ ਹੀ ਜਾਣਾ, ਇਹਨਾਂ ਨੇ ਉੱਥੋਂ ਹਿੱਲਣਾ ਨਹੀਂ। ਇਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਬਣ ਗਿਆ ਸੀਗਾ, ਪੰਜਾਬ ਦੇ ਲੋਕ ਵੱਡੀ ਪੱਧਰ 'ਤੇ ਤਿਆਰ ਹੋ ਗਏ ਸੀ। ਇੱਕ ਜ਼ਿਲ੍ਹੇ ਦੇ ਵਿੱਚ 10-10 ਵਟਸਐਪ ਗਰੁੱਪ ਬਣ ਗਏ ਜੀ, ਇਹ 2-2, 250 ਬੰਦਾ ਮੰਨ ਕੇ ਚੱਲੋ ਕਿ 2-2 ਹਜ਼ਾਰ ਬੰਦਾ ਇੱਕ ਜ਼ਿਲ੍ਹੇ ਦਾ ਆਲਰੇਡੀ ਅੰਮ੍ਰਿਤਸਰ ਪਹੁੰਚਣ ਵਾਸਤੇ ਤਿਆਰ ਹੋਇਆ ਬੈਠਾ ਸੀਗਾ। ਔਰ ਹੁਣ ਸਰਕਾਰ ਨੇ ਫਿਰ ਉਹ ਨੀਤੀ ਖੇਡੀ ਹੈ, ਉਸ ਨੀਤੀ ਦੇ ਤਹਿਤ ਅੱਜ ਪੋਰਟਲ ਛੁੱਟੀਆਂ ਕੱਲ੍ਹ ਨੂੰ ਸ਼ੁਰੂ ਨੇ, ਇਹ ਖੋਲ੍ਹ ਦਿੱਤਾ ਗਿਆ ਕਿ ਚਲੋ ਜਿੰਨੇ ਕੁ ਹੋਰ ਝੜਦੇ ਆ ਛਾਨਣਾ ਮਾਰੋ, ਹੋਰ ਝਟਕਾ ਲਓ। ਮੈਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪਲੀਜ਼ ਕਿਰਪਾ ਕਰਕੇ ਜੇ ਤੁਸੀਂ ਪੂਰੀ ਤਨਖਾਹ ਦੇ ਉੱਤੇ ਰੈਗੂਲਰ ਹੋਣਾ ਹੈ, ਠੀਕ ਹੈ, ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇਸ ਪੇ ਪ੍ਰੋਟੈਕਟ ਕਰਕੇ ਸਿੱਖਿਆ ਵਿਭਾਗ 'ਚ ਲਿਆਂਦਾ ਜਾਵੇ, ਤਾਂ ਇੱਕ ਵੀ ਅਧਿਆਪਕ ਕਲਿੱਕ ਨਾ ਕਰੋ। ਜੇ ਤੁਸੀਂ 7 ਮਹੀਨੇ ਬਿਨਾਂ ਤਨਖਾਹ ਤੋਂ ਕੱਢ ਲਏ ਤਾਂ ਕੋਈ ਗੱਲ ਨਹੀਂ, 10 ਦਿਨ ਹੋਰ ਹੈ, 9-10 ਦਿਨ ਦੀ ਹੋਰ ਗੱਲ ਰਹਿ ਗਈ ਹੈ, ਅਸੀਂ ਇਹ ਬਿਲਕੁਲ ਪੂਰੀਆਂ ਤਨਖਾਹਾਂ ਦੇ ਉੱਤੇ ਤੁਹਾਨੂੰ ਰੈਗੂਲਰ ਕਰਵਾ ਕੇ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਲੈ ਕੇ ਆਵਾਂਗੇ, ਸਰਕਾਰ ਨੂੰ ਮੂਧੇ ਮੂੰਹ ਸੁੱਟਾਂਗੇ। ਔਰ ਮੈਂ ਉਹ ਸਿੱਖਿਆ ਸਕੱਤਰ ਕਿਸ਼ਨ ਕੁਮਾਰ ਨੂੰ ਅੱਜ ਪਹਿਲਾਂ ਵੀ ਮੈਂ ਥੋੜ੍ਹੇ ਟਾਈਮ ਲਿਖ ਕੇ ਹਟਿਆ, ਹੁਣ ਫਿਰ ਚੈਲੰਜ ਕਰ ਦਿੰਦਾ ਕਿ ਕਿਸ਼ਨ ਕੁਮਾਰ ਜੀ ਟਲ ਜੋ, ਇਹ ਤੁਹਾਡੀਆਂ ਬਹੁਤ ਘਟੀਆ ਅਤੇ ਨੀਚ ਹਰਕਤਾਂ ਨੇ, ਤੁਸੀਂ ਜਿਹੜਾ ਇਹ ਹਰਕਤ ਕਰ ਰਹੇ ਹੋ ਨਾ ਤੁਹਾਡੀ ਕੋਈ ਚੰਗੀ ਹਰਕਤ ਨਹੀਂ। ਇੱਕ ਐਜੂਕੇਸ਼ਨ ਸੈਕਟਰੀ, ਇੱਕ ਪੜ੍ਹੇ ਲਿਖੇ, ਇੱਕ IAS ਇਨਸਾਨ ਤੋਂ ਅਸੀਂ ਇੱਦਾਂ ਦੀਆਂ ਅੰਗਰੇਜ਼ਾਂ ਵਾਲੀਆਂ ਪੋਲਸੀਆਂ ਜਿਹੜੀਆਂ ਤੁਸੀਂ ਪਾੜੋ ਅਤੇ ਰਾਜ ਕਰੋ ਦੀਆਂ ਚਲਾ ਰਹੇ ਹੋ ਨਾ, ਤੁਹਾਡੇ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਸੀ। ਤੁਸੀਂ ਇਮਾਨਦਾਰੀ ਦਾ ਮਖੌਟਾ ਪਹਿਨਿਆ ਹੋਇਆ ਕਿ ਤੁਸੀਂ ਅਧਿਆਪਕਾਂ ਨੂੰ ਇਸ ਕਦਰ ਜਲੀਲ ਕਰੋਗੇ, ਪਹਿਲਾਂ ਜਲੀਲ ਕਰੋਗੇ ਜੇ ਤਨਖਾਹ ਲੈਣੀ ਹੈ ਤਾਂ ਕਲਿੱਕ ਕਰੋ, ਔਰ ਹੁਣ ਤੁਸੀਂ ਜਿਹੜਾ ਪੋਰਟਲ ਖੋਲ੍ਹ ਕੇ ਇਹਨਾਂ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਨਾ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਤੁਹਾਨੂੰ ਬਹੁਤ ਮਹਿੰਗਾ ਪੈਣਾ। ਔਰ ਮੈਂ ਇੱਕ ਗੱਲ ਦੱਸ ਦਿਆਂ ਕਿ ਇਸ ਕੁਰਸੀ ਦੇ ਉੱਤੇ ਤੁਹਾਨੂੰ ਅਸੀਂ ਰਹਿਣ ਨਹੀਂ ਦੇਣਾ, ਕਿਉਂਕਿ ਤੁਸੀਂ ਸਾਡੀ ਇਸ ਪਵਿੱਤਰ ਮਹਿਕਮੇ ਦੀ ਸਿੱਖਿਆ ਮਹਿਕਮੇ ਦੀ ਕੁਰਸੀ 'ਤੇ ਬੈਠਣ ਦੇ ਕਾਬਲ ਹੀ ਨਹੀਂ ਹੋ, ਤੁਹਾਡੀ ਯੋਗਤਾ ਹੀ ਨਹੀਂ ਹੈ ਕਿ ਤੁਸੀਂ ਇਸ ਕੁਰਸੀ 'ਤੇ ਹੁਣ 5 ਮਿੰਟ ਵੀ ਰਹਿ ਜਾਓ। ਔਰ ਮੈਂ ਅੱਜ ਸਿੱਖਿਆ ਮੰਤਰੀ OP ਸੋਨੀ ਜੀ ਨੂੰ ਦੱਸ ਦੇਣਾ ਚਾਹੁੰਦਾ ਕਿ ਤੁਹਾਡੀ ਪੰਜਾਬ ਦੀ ਸਰਕਾਰ ਦਾ ਬੰਦਾ ਬੇੜਾ ਕਰ ਰਿਹਾ, ਬਚ ਸਕਦੇ ਹੋ ਤਾਂ ਬਚੋ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸ ਦੇਣਾ ਚਾਹੁੰਦਾ ਕਿ ਪੰਜਾਬ ਦੇ ਅਧਿਆਪਕ ਜਿਸ ਨੇ ਵੀ ਇਹਨਾਂ ਦੇ ਨਾਲ ਟੱਕਰ ਲਈ ਹੈ, ਪੰਜਾਬ ਦੇ ਵਿੱਚ ਸਿੱਖਿਆ ਮੰਤਰੀ ਦੁਬਾਰਾ ਰਿਪੀਟ ਨਹੀਂ ਹੋਇਆ, ਇਹ ਇਤਿਹਾਸ ਹੈ, ਅਤੇ ਜਿਹੜਾ ਕੰਮ ਤੁਸੀਂ ਕਰਨ ਜਾ ਰਹੇ ਹੋ ਨਾ ਤੁਹਾਡੀ ਸਰਕਾਰ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ 'ਚ ਲੰਬਣੀ ਨਹੀਂ। ਜੇਕਰ ਤੁਸੀਂ ਪੰਜਾਬ ਦੇ ਅਧਿਆਪਕਾਂ ਨੂੰ ਇਸੇ ਤਰ੍ਹਾਂ ਜਲੀਲ ਕੀਤਾ, ਉਹਨਾਂ ਦੇ ਇੱਦਾਂ ਦੇ ਨਾਦਰਸ਼ਾਹੀ ਹੁਕਮ ਜਾਰੀ ਕੀਤੇ,
ਮੈਂ ਇੱਕ ਗੱਲ ਸਪਸ਼ਟ ਕਰਦਿਆਂ, ਕਿਰਪਾ ਕਰਕੇ ਬੇਨਤੀ ਹੈ ਕਿ ਇੱਦਾਂ ਦੇ ਜਿਹੜੇ ਘਟੀਆ ਫੈਸਲੇ ਨੇ ਇਹ ਆਪਣੇ ਇਸ ਸਿੱਖਿਆ ਸਕੱਤਰ ਨੂੰ ਕਰਨ ਤੋਂ ਰੋਕ ਲਵੋ। ਨਹੀਂ ਤਾਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜਿਹੜਾ ਮਾਹੌਲ ਬਣ ਗਿਆ ਪੰਜਾਬ ਦਾ, ਇਹ ਮਾਹੌਲ ਬੜਾ ਹੀ ਪੁੱਠੇ ਪਾਸੇ ਨੂੰ ਵੀ ਜਾ ਸਕਦਾ। ਔਰ ਮੈਂ ਇੱਕ ਵਾਰ ਫਿਰ ਅਪੀਲ ਕਰਦਿਆਂ, ਬੇਨਤੀ ਕਰਦਿਆਂ ਸਾਡੇ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੇ ਆਗੂਆਂ ਨੂੰ, ਬੇਨਤੀ ਕਰਦਿਆਂ ਅਧਿਆਪਕ ਸਾਂਝੇ ਮੋਰਚੇ ਦੇ ਆਗੂਆਂ ਨੂੰ ਕਿ ਦੱਸੋ ਹੁਣ ਯਾਰ ਕੀ ਦੇਖਣਾ ਤੁਸੀਂ, ਹੁਣ ਤਾਂ ਕੁਛ ਵੀ ਪਿੱਛੇ ਨਹੀਂ ਰਹਿ ਗਿਆ। ਹੁਣ ਤਾਂ ਇਦੋਂ ਬਾਅਦ ਤੁਹਾਡੀਆਂ ਨੌਕਰੀਆਂ ਨੇ ਉਹ ਵੀ ਨਹੀਂ ਰਹਿਣੀਆਂ ਜਿੱਦਾਂ ਦੇ ਹਾਲਾਤ ਬਣ ਗਏ ਨੇ। ਔਰ ਇੱਕ ਕੋਸ਼ਿਸ਼ ਫਿਰ ਮੈਂ ਕਰਾਂਗਾ ਕਿ ਆਓ ਇਕੱਠੇ ਹੋ ਕੇ, ਤਕੜੇ ਹੋ ਕੇ ਆਪਾਂ 20 ਦੇ ਪ੍ਰੋਗਰਾਮ ਵਾਸਤੇ, ਅਗਲੇ ਸੰਘਰਸ਼ ਵਾਸਤੇ, ਚਲੋ ਤੁਹਾਨੂੰ 20 ਨਹੀਂ ਚੰਗੀ ਲੱਗਦੀ, ਕੋਈ ਹੋਰ ਰੱਖਣਾ ਦੇਣ ਉਹ ਵੀ ਰੱਖ ਲਓ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਜੇ ਮੇਰੀ ਅਗਵਾਈ, ਮੇਰੀ ਲੀਡਰੀ ਪਸੰਦ ਨਹੀਂ, ਮੈਂ ਪਿਛਲੀ ਦਰੀ 'ਤੇ ਵੀ ਬੈਠਣ ਨੂੰ ਤਿਆਰ ਹਾਂ, ਪਰ ਤਕੜੇ ਹੋ ਕੇ, ਠੀਕ ਆ, ਇਹਨਾਂ ਅਧਿਆਪਕਾਂ ਦਾ ਭਲਾ ਕਰ ਦਿਓ, ਇਹਨਾਂ ਦਾ ਫਾਇਦਾ ਕਰ ਦਿਓ, ਸਾਰਾ ਪੰਜਾਬ ਇੱਕ ਥਾਂ 'ਤੇ ਖੜ੍ਹ ਜਾਵੋ। ਵੱਖਰੇ ਵੱਖਰੇ ਪੈਰਲਰ ਪ੍ਰੋਗਰਾਮ ਦੇਣ ਨਾਲ ਇਹਨਾਂ ਲੋਕਾਂ ਦਾ ਭਲਾ ਨਹੀਂ ਹੋਣਾ। ਸਰਕਾਰ ਬੜੀ ਘਟੀਆ ਨੀਤੀ 'ਤੇ ਆ ਗਈ ਹੈ। ਅੱਜ ਜਿਹੜਾ ਪੋਰਟਲ ਖੋਲ੍ਹਿਆ, ਇਹ ਚੈਲੰਜ ਕੀਤਾ ਗਿਆ, ਇਹ ਚੈਲੰਜ ਕੀਤਾ ਗਿਆ ਅਧਿਆਪਕਾਂ ਦੀ ਅਣਖ ਨੂੰ, ਵੰਗਾਰ ਨੂੰ, ਔਰ ਚੈਲੰਜ ਕੀਤਾ ਗਿਆ ਪੰਜਾਬ ਦੀਆਂ ਅਧਿਆਪਕ ਜਥੇਬੰਦੀਆਂ ਨੂੰ ਕਿ ਅੱਜ 20 ਤਰੀਕ ਇਹਨਾਂ ਨੂੰ ਡਰ ਲੱਗ ਰਿਹਾ 20 ਤਰੀਕ ਤੋਂ, ਔਰ ਇਸ ਕਰਕੇ ਘਟੀਆ ਹਰਕਤਾਂ 'ਤੇ ਉੱਤਰ ਆਇਆ ਕਿ ਹੁਣ ਸ਼ਕਤੀ ਜਿਹੜੀ ਹੈਗੀ ਹੈ ਜਿੰਨੀ ਪਾੜ ਸਕਦੇ ਹਾਂ ਪਾੜ ਦਿਓ। ਮੈਂ ਬੇਨਤੀ ਕਰਾਂਗਾ ਕਿ ਇਸ ਵੀਡੀਓ ਨੂੰ ਇਕੱਲੇ ਇਕੱਲੇ ਉਸ SC ST ਰਮਸਾ ਅਧਿਆਪਕ ਤੱਕ ਪਹੁੰਚਦਾ ਕਰ ਦਿਓ, ਇਹਨੂੰ ਸ਼ੇਅਰ ਕਰ ਦਿਓ ਕਿ ਉਹਨੂੰ ਇੱਕ ਬੇਨਤੀ ਹੈ, ਤੁਹਾਨੂੰ ਲੱਗਦਾ ਦੁੱਧ ਦਾ ਜਲਿਆ ਲੱਸੀ ਨੂੰ ਵੀ ਫੂਕਾ ਮਾਰਦਾ, ਤੁਹਾਨੂੰ ਡਰ ਹੈ ਕਿ ਪੋਰਟਲ ਪਤਾ ਨਹੀਂ ਦੁਬਾਰਾ ਖੁੱਲ੍ਹਣਾ ਕਿ ਨਹੀਂ ਖੁੱਲ੍ਹਣਾ, ਪਤਾ ਨਹੀਂ ਸਾਨੂੰ ਕੱਲ੍ਹ ਨੂੰ ਜੁਆਇਨ ਕਰਾਉਣਗੇ ਜਾਂ ਨਾ ਕਰਾਉਣਗੇ। ਮੈਂ ਤੁਹਾਨੂੰ ਦੱਸਦਿਆਂ ਕਿ ਜਿੱਥੇ ਤੁਸੀਂ ਪਹਿਲਾਂ ਇੰਨਾ ਚਿਰ ਵਿਸ਼ਵਾਸ ਕੀਤਾ, ਕੋਈ ਸਮਾਂ ਹੋਰ ਵਿਸ਼ਵਾਸ ਕਰ ਲਓ। ਅਸੀਂ ਤੁਹਾਡੇ ਨਾਲ ਪ੍ਰੋਮਿਸ ਕਰਦੇ ਹਾਂ ਕਿ ਅਸੀਂ ਤੁਹਾਨੂੰ ਪੂਰੀਆਂ ਤਨਖਾਹਾਂ 'ਤੇ ਰੈਗੂਲਰ ਕਰਵਾਉਣ ਵਾਸਤੇ ਆਪਣਾ ਜੀ ਜਾਨ ਲਾ ਦਿਆਂਗੇ, ਠੀਕ ਹੈ। ਲੱਗਦਾ ਹੁੰਦਾ ਕਿ ਇੱਕ ਸੰਘਰਸ਼ ਪਿੱਛੇ ਫੇਲ ਹੋਇਆ, ਇਹ ਜਿਹੜਾ ਅਗਲਾ ਸੰਘਰਸ਼ ਚੱਲਣਾ, ਇਹ ਪਤਾ ਨਹੀਂ ਕਾਮਯਾਬ ਹੋਣਾ ਜਾਂ ਨਹੀਂ ਹੋਣਾ, ਪਰ ਮੈਂ ਤੁਹਾਨੂੰ ਦੱਸਦਿਆਂ ਕਿ ਮੈਂ ਇੱਕ ਕੋਸ਼ਿਸ਼ ਕਰ ਰਿਹਾ ਪੰਜਾਬ ਦੇ ਸਾਰੇ ਅਧਿਆਪਕਾਂ ਨੂੰ ਇੱਕ ਪਲੇਟਫਾਰਮ 'ਤੇ ਇੱਕ ਥਾਂ 'ਤੇ ਇਕੱਠਾ ਕਰਨ ਦੀ। ਔਰ ਜਿਹੜਾ ਇਹ ਸੰਘਰਸ਼ ਹੋਣਾ, ਇਹ ਸੰਘਰਸ਼ ਬਹੁਤ ਇਤਿਹਾਸਿਕ ਸੰਘਰਸ਼ ਹੋਣਾ, ਜਿਹਦੇ ਵਿੱਚੋਂ ਅਸੀਂ ਵੱਡੀਆਂ ਪ੍ਰਾਪਤੀਆਂ ਕਰਕੇ ਨਿਕਲਾਂਗੇ। ਆਹ ਜਿਹੜੇ ਇੱਦਾਂ ਦੇ ਬੰਦੇ ਬੈਠੇ ਨਾ ਕਿਸ਼ਨ ਕੁਮਾਰ ਵਰਗੇ, ਇਹ ਲੱਭਣੇ ਨੀਗੇ ਹੁਣ ਮੈਂ ਤੁਹਾਨੂੰ ਦੱਸ ਦਿੰਦਾ ਪੰਜਾਬ ਦੀ ਧਰਤੀ ਦੇ ਉੱਤੇ। ਔਰ ਮੈਂ ਜਿਹੜਾ ਆਉਣ ਵਾਲੇ ਸਮੇਂ 'ਚ ਪ੍ਰੋਗਰਾਮ ਦੇਣਾ, ਇਹ ਕਿਸੇ ਸਕੂਲ ਦੇ ਵਿੱਚ ਵੜ ਕੇ ਵੀ ਦਿਖਾਵੇ, ਇਹ ਬੜੇ ਕਿਸੇ ਸਕੂਲ ਦੇ ਐਂਟਰ ਵੀ ਕਰਕੇ ਦਿਖਾਵੇ, ਇਹਨੂੰ ਦੱਸਾਂਗੇ ਕਿ ਅਧਿਆਪਕ ਕੀ ਚੀਜ਼ ਹੁੰਦੇ ਆ। ਤੂੰ ਸਾਡੀ ਅਣਖ ਵਿਗਾੜਦਾ ਨਾ, ਸਾਡੇ ਸਕੂਲਾਂ 'ਚ ਹੀ ਆਉਣਾ ਨਾ, ਤੈਨੂੰ ਦੱਸਾਂਗੇ ਸਕੂਲਾਂ ਦੇ ਵਿੱਚ ਕਿਵੇਂ ਬੜੀਦਾ। ਇਹ ਹਾਲਾਤ ਅਸੀਂ ਪੰਜਾਬ ਦੇ ਵਿੱਚ ਬਣਾਏ ਹੋਏ ਆ, ਅਤੇ ਹੁਣ ਫਿਰ ਅਸੀਂ ਬਣਾਉਣ ਜਾ ਰਹੇ ਹਾਂ ਔਰ ਬਣਾਵਾਂਗੇ, ਕਿਉਂਕਿ ਜਿੱਦਾਂ ਵੀ ਇਹ ਘਟੀਆ ਨੀਤੀਆਂ ਘਟੀਆ ਚਾਲਾਂ ਚੱਲ ਰਿਹਾ, ਔਰ ਤੁਹਾਨੂੰ ਮੇਰੀ ਬੇਨਤੀ ਹੈ ਕਿ ਤਕੜੇ ਹੋ ਜਾਓ। ਕਿਸੇ ਬੰਦੇ ਨੇ ਕਲਿੱਕ ਨਹੀਂ ਕਰਨਾ, ਕਿਸੇ ਅਧਿਆਪਕ ਨੇ ਕਲਿੱਕ ਨਹੀਂ ਕਰਨਾ, ਜੇ ਤੁਸੀਂ ਕਲਿੱਕ ਕਰ ਗਏ ਇਸ ਤੋਂ ਬਾਅਦ ਤੁਹਾਡਾ ਫਿਊਚਰ ਖਤਮ, ਭੁੱਲ ਜਾਵੋ ਕਿ ਤੁਸੀਂ ਦੁਬਾਰਾ ਰੈਗੂਲਰ ਵੀ ਹੋ ਜਾਓਗੇ ਸਿੱਖਿਆ ਵਿਭਾਗ ਦੇ ਵਿੱਚ। ਇਹੀ ਮੇਰੀ ਬੇਨਤੀ ਹੈ, ਇਹੀ ਮੇਰੀ ਗੱਲ ਹੈ ਕਿ ਹੁਣ ਨਾ ਡਰਿਓ, ਡਰ ਕੱਢ ਦਿਓ, ਠੀਕ ਹੈ। ਮੌਤ ਉਦੋਂ ਡਰਾਉਂਦੀ ਹੈ ਜਦੋਂ ਬੰਦਾ ਡਰਦਾ, ਅਤੇ ਜਦੋਂ ਸਿੱਧਾ ਹੋ ਜਾਂਦਾ ਨਾ, ਫਿਰ ਅੱਗੇ ਲੱਗ ਕੇ ਤੁਰ ਪੈਂਦੀ ਹੈ। ਹਾਲਾਤ ਕਿਸ਼ਨ ਕੁਮਾਰ ਵਰਗਿਆਂ ਦੇ ਵੀ ਇੱਦਾਂ ਦੇ ਆ, ਔਰ ਕਿਸੇ ਸਮੇਂ ਅਸੀਂ ਭਜਾਏ ਹੋਏ ਆ, ਇਹ ਆਪਣੇ ਸਕੂਲਾਂ 'ਚ ਨਹੀਂ ਵੜਨ ਦਿੰਦੇ ਸੀ, ਔਰ ਸਾਨੂੰ ਪੁੱਛ ਕੇ ਐਂਟਰ ਕਰਦਾ ਹੁੰਦਾ ਸੀਗਾ ਕਿ ਮੈਂ ਤੁਹਾਡੇ ਸਕੂਲ 'ਚ ਚਲ ਜਾਵਾਂ। ਉੱਥੇ ਸਾਡੀਆਂ ਮੈਡਮਾਂ ਸਿੰਗਲ ਸਿੰਗਲ ਟੀਚਰ ਇਹਨੂੰ ਵਿਜ਼ਟਰ ਬੁੱਕ ਨਹੀਂ ਦਿੰਦੀ ਹੁੰਦੀ ਸੀ ਵਿਜ਼ਿਟ ਪਾਉਣ ਨੂੰ, ਜਦੋਂ ਅਸੀਂ ਜ਼ਿਲ੍ਹਾ ਪ੍ਰੀਤਾਂ ਦੇ ਵਿੱਚ ਹੁੰਦੇ ਸੀ। ਔਰ ਯਾਰ ਤੁਸੀਂ ਤਾਂ ਬੜੇ ਕਮਾਲ ਹੋ, ਬੇਨਤੀ ਹੈ ਕਿ ਡਟ ਜਾਓ। ਔਰ ਮੈਂ ਬੇਨਤੀ ਕਰਦਾ ਇੱਕ ਅਧਿਆਪਕ ਜਥੇਬੰਦੀਆਂ ਨੂੰ ਆਖਰੀ ਵਾਰ ਫਿਰ ਕਿ ਹੁਣ ਪਿੱਛੇ ਨਾ ਹਟਿਓ, ਹੁਣ ਤੁਹਾਡੀ ਅਣਖ ਨੂੰ ਮੰਗਾਰ ਲਿਆ। ਜਦੋਂ ਕਿਤੇ ਚਾਚੇ ਬਾਬੇ ਲੱਖ ਲੜੇ ਹੋਣ, ਜਦੋਂ ਕੋਈ ਦੁਸ਼ਮਣ ਆ ਕੇ ਮੰਗਾਰਦਾ ਨਾ, ਉਹ ਸਾਰੇ ਇਕੱਠੇ ਹੋ ਜਾਂਦੇ ਆ ਉਹਦਾ ਮੁਕਾਬਲਾ ਕਰਨ ਨੂੰ। ਹੁਣ ਸਮਾਂ ਜੇ, ਹੁਣ ਇਹ ਨਾ ਸੋਚਿਓ ਕਿ ਮੇਰਾ ਮੰਚ ਹੈ, ਮੇਰਾ ਮੋਰਚਾ ਹੈ, ਉਹ ਮੈਂ ਭੰਗ ਕਰਦਾ ਇਹੋ ਜਿਹੇ ਮੰਚ ਨੂੰ।
ਭੰਗ ਕਰਦੇ ਇਹੋ ਜਿਹੇ ਮੋਰਚਿਆਂ ਨੂੰ ਜਿਹੜੇ ਲੋਕਾਂ ਦੀ ਹਿਫਾਜ਼ਤ ਨਹੀਂ ਕਰ ਸਕਦੇ। ਔਰ ਬੇਨਤੀ ਆ ਤਕੜੇ ਹੋ ਕੇ ਆ ਜਾਓ, ਠੀਕ ਹੈ, ਆ ਲੋਕਾਂ ਨੂੰ ਬਚਾ ਲਈਏ। ਜੇ ਨਾ ਬਚਾਏ ਤਾਂ ਫਿਰ ਸਾਰੀ ਉਮਰ ਦਾ ਤੁਹਾਡੇ ਇਸ ਮੱਥੇ 'ਤੇ ਕਲੰਕ ਹੈ, ਲੈ ਕੇ ਤੁਰੇ ਫਿਰਿਆ ਜੇ, ਸਾਨੂੰ ਤਾਂ ਕੋਈ ਪਰਵਾਹ ਨਹੀਂ, ਠੀਕ ਹੈ। ਅਸੀਂ ਤਾਂ ਆਪਣੇ ਉਹ ਝੰਡੇ ਗੱਡੇ ਹੋਏ ਨੇ ਜਿਹੜੇ ਕੋਈ ਪੱਟ ਨਹੀਂ ਸਕਦਾ, ਔਰ ਇਹ ਜਿਹੜੇ ਡਿੱਗੇ ਹੋਏ ਤੁਹਾਡੇ ਮੁਰਾਦ ਡਿੱਗੇ ਹੋਏ ਝੰਡੇ, ਇਹਨਾਂ ਨੂੰ ਉੱਚਾ ਚੱਕਣ ਵਾਸਤੇ ਇੱਕ ਕੌਲ ਦਿੱਤੀ ਹੈ। ਤਕੜੇ ਹੋ ਜਾਓ, ਤਕੜੇ ਹੋ ਜਾਓ। ਜੇ ਨਾ ਤਕੜੇ ਹੋਏ ਤਾਂ ਪਲੀਜ਼, ਇਸ ਤੋਂ ਬਾਅਦ ਸਿੱਖਿਆ ਵਿਭਾਗ ਖਤਮ ਹੈ, ਪੰਜਾਬ ਦਾ ਅਧਿਆਪਕ ਗੁਲਾਮ ਹੈ, ਇਹ ਤੁਹਾਨੂੰ ਬਹੁਤ ਤੁਹਾਡੇ ਨਾਲ ਬੁਰੀ ਕਰਨਗੇ। ਮੈਂ ਜ਼ਿਆਦਾ ਸਮਾਂ ਨਹੀਂ ਲੈਣਾ, ਪਲੀਜ਼ ਮੇਰੀ ਇਸ ਵੀਡੀਓ ਨੂੰ ਇਕੱਲੇ ਇਕੱਲੇ ਰਮਸਾ SSC ਅਧਿਆਪਕ ਤੱਕ ਪਹੁੰਚਾ ਦਿਓ। ਪਹਿਲਾ ਵਾਰ ਤੁਹਾਡੇ 'ਤੇ ਹੈ, ਕਿਉਂਕਿ ਇਹ ਤੁਹਾਡੀ ਸ਼ਕਤੀ ਨੂੰ ਤੋੜਨਾ ਚਾਹੁੰਦੇ ਆ। ਦਿਨ ਦੂਰ ਨਹੀਂ ਹੈਗੇ, ਥੋੜ੍ਹੇ ਦਿਨ ਹੀ ਹੈ, ਠੀਕ ਹੈ। ਅਸੀਂ ਇਹ ਗੁਲਾਮੀ ਦੀਆਂ ਜ਼ੰਜੀਰਾਂ ਲਾ ਸੁੱਟਣੀਆਂ ਨੇ, ਅਸੀਂ ਬਿਲਕੁਲ, ਅਸੀਂ ਕਿਸੇ ਨੇ ਕਲਿੱਕ ਨਹੀਂ ਕਰਨਾ। ਜਿਹੜੇ ਕਲਿੱਕ ਕਰ ਗਏ ਆ ਉਹ ਵੀ ਸਾਡੇ ਭੈਣ ਭਰਾ ਨੇ। ਇਹ ਕਿਸ਼ਨ ਕੁਮਾਰ ਨੇ ਸਾਡੇ 'ਚ ਪਾੜਾ ਪਾਇਆ, ਉਹਨਾਂ ਨੂੰ ਸਾਡੇ ਤੋਂ ਵੰਡਿਆ, ਅਸੀਂ ਉਹਨਾਂ ਨੂੰ ਵੀ ਮੈਦਾਨ ਦੇ ਵਿੱਚ ਲੈ ਕੇ ਆਉਣਾ। ਅਸੀਂ ਉਹਨਾਂ ਨੂੰ ਵੀ 15,300 'ਤੇ ਨਹੀਂ ਰਹਿਣ ਦੇਣਾ, ਉਹਨਾਂ ਨੂੰ ਵੀ ਅਸੀਂ 50,000 45,000 'ਤੇ ਰੈਗੂਲਰ ਕਰਾਉਣਾ, ਕਿਉਂਕਿ ਉਹ ਸਾਡਾ ਹਿੱਸਾ ਨੇ, ਸਾਡੇ ਅੰਗ ਨੇ। ਔਰ ਜਿਹੜੇ ਸਾਡੇ ਭੈਣ ਭਰਾ ਸਿੱਖਿਆ ਪ੍ਰੋਵਾਈਡਰ EGS AIST ਵਾਲੇ ਬੈਠੇ ਨੇ, ਜਿਹਨਾਂ ਦੇ 12-12 15-15 ਸਾਲ ਨੌਕਰੀਆਂ ਇਸ ਵਿਭਾਗ ਨੂੰ ਦਿੱਤੀਆਂ ਨੇ, ਕੰਮ ਕੀਤਾ, ਅਸੀਂ ਉਹਨਾਂ ਨੂੰ ਵੀ ਰੈਗੂਲਰ ਕਰਾਉਣਾ, ਕਿਸੇ ਇੱਕ ਦੀ ਗੱਲ ਨਹੀਂ ਕਰਨੀ। ਇਹਨਾਂ ਸ਼ਬਦਾਂ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਔਰ ਨੋ ਕਲਿੱਕ, ਬਿਲਕੁਲ ਕਿਸੇ ਅਧਿਆਪਕ ਨੇ ਕਲਿੱਕ ਨਹੀਂ ਕਰਨਾ। ਇੱਕ ਵਾਰ ਯੂਨਿਟੀ ਦਿਖਾ ਦਿਓ, ਇੱਕ ਵੀ ਬੰਦਾ ਪੰਜਾਬ 'ਚ ਕਲਿੱਕ ਨਾ ਕਰੇ ਇਸ ਨੂੰ। ਮੇਰਾ ਪਲੀਜ਼ ਇਸ ਮੈਸੇਜ ਨੂੰ ਇਕੱਲੇ ਇਕੱਲੇ ਅਧਿਆਪਕ ਤੱਕ ਪਹੁੰਚਦਾ ਕਰ ਦਿਓ। ਕੁਝ ਦਿਨ ਨਹੀਂ, ਹੋ ਸਕਦਾ ਕੱਲ੍ਹ ਨੂੰ ਅਸੀਂ ਤੁਹਾਨੂੰ ਬਹੁਤ ਵਧੀਆ ਅਤੇ ਵੱਡੀ ਖਬਰ ਪੰਜਾਬ ਦੇ ਵਿੱਚੋਂ ਦਈਏ, ਜਿਹੜੀ ਖਬਰ ਇਸ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੂਗੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।